ਤਾਂ ਦੋਸਤੋ, ਜੇਕਰ ਮੈਂ ਕਹਾਂ ਕਿ ਸ਼ੁਭ ਨੂੰ ਪੰਜਾਬੀ 뮤직 ਇੰਡਸਟਰੀ ਦੇ ਸਭ ਤੋਂ ਉੱਚੇ ਦਰਜੇ ਦੇ ਕਲਾਕਾਰਾਂ ਵੱਲੋਂ ਸਪੋਰਟ ਮਿਲ ਚੁੱਕੀ ਹੈ, ਤਾਂ ਇਸ ਦੇ ਵਿੱਚ ਕੁਝ ਵੀ ਝੂਠ ਨਹੀਂ ਹੋਵੇਗਾ। ਕਿਉਂਕਿ ਵਾਕਈ ਸ਼ੁਭ ਨੂੰ ਲੈ ਕੇ ਸਿੱਧੂ ਮੂਸੇਵਾਲਾ, ਏਪੀ ਢਿੱਲੋਂ ਅਤੇ ਕਰਨ ਔਜਲਾ ਦੇ ਅਕਾਊਂਟਸ ਤੇ ਕੁਝ ਪ੍ਰਤੀਕਿਰਿਆ ਹੋਈ ਹੈ। ਕਰਨ ਔਜਲਾ ਨੇ ਸ਼ੁਭ ਦੀ ਕਲੈਰੀਫਿਕੇਸ਼ਨ ਵਾਲੀ ਪੋਸਟ ਨੂੰ ਆਪਣੇ ਇੰਸਟਾ ਤੇ ਸ਼ੇਅਰ ਕੀਤਾ ਤੇ ਲਿਖਿਆ, ਇਹ ਦੁਨੀਆ ਦਾ ਦਸਤੂਰ ਹੈ, ਪ੍ਰਵਾਹ ਨਾ ਕਰੀ ਵੀਰ, @ ਸ਼ੁਭ ਵਰਲਡਵਾਈਡ। ਤਾਂ ਸ਼ੁਭ ਦੀ ਕਲੈਰੀਫਿਕੇਸ਼ਨ ਨੂੰ ਆਲਰੇਡੀ ਪੰਜਾਬੀ ਦੇ ਵਿੱਚ ਮੈਂ ਟ੍ਰਾਂਸਲੇਟ ਕਰਤਾ ਸੀ, ਜਿਸ ਦੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ। ਹੁਣ ਟ੍ਰਾਂਸਲੇਟ ਕਰਦੇ ਹਾਂ ਉਸ ਗੱਲ ਨੂੰ ਜੋ ਕਿ ਸਿੱਧੂ ਮੂਸੇਵਾਲੇ ਦੇ ਅਕਾਊਂਟ ਤੇ ਲਿਖੀ ਗਈ ਸ਼ੁਭ ਦੇ ਹੱਕ ਦੇ ਵਿੱਚ। ਹਾਲ ਹੀ ਦੇ ਕੁਝ ਹਫ਼ਤਿਆਂ ਵਿੱਚ ਅਸੀਂ ਆਪਣੇ ਸਿੱਖ ਭਾਈਚਾਰੇ ਵਿੱਚ ਤਣਾਅ ਦੀ ਵੱਧ ਰਹੀ ਭਾਵਨਾਵਾਂ ਨੂੰ ਦੇਖਿਆ ਹੈ। ਇਹ ਸੱਚਮੁੱਚ ਨਿਰਾਸ਼ਾਜਨਕ ਹੈ ਕਿ ਪੰਜਾਬੀਆਂ ਵੱਲੋਂ ਉਹਨਾਂ ਦੀ ਦੇਸ਼ ਭਗਤੀ ਨੂੰ ਪ੍ਰੂਵ ਕਰਨ ਲਈ ਲਗਾਤਾਰ ਮੰਗਾਂ ਕੀਤੀਆਂ ਜਾ ਰਹੀਆਂ ਹਨ। ਭਾਰਤ ਵਿੱਚ ਘੱਟ ਗਿਣਤੀ ਹੋਣਾ ਬਿਨਾਂ ਸ਼ੱਕ ਦੇ ਇੱਕ ਚੈਲੰਜਿੰਗ ਐਕਸਪੀਰੀਅੰਸ ਹੈ। ਸਾਡੇ ਭਾਈਚਾਰੇ ਪ੍ਰਤੀ ਦੁਸ਼ਮਣੀ ਫੈਲਾਉਣਾ ਕਿਤੇ ਨਾ ਕਿਤੇ ਉਸ ਦੀਆਂ ਤਾਰਾਂ ਰਾਜਨੀਤੀ ਨਾਲ ਜਾ ਕੇ ਜੁੜਦੀਆਂ ਹਨ, ਅਤੇ ਇਹ ਹੈਰਾਨੀਜਨਕ ਹੈ ਕਿ ਇਸ ਵੰਡਣ ਵਾਲੇ ਵਰਤਾਂਤ ਵਿੱਚ ਕਈ ਮਸ਼ਹੂਰ ਸੈਲੀਬ੍ਰਿਟੀਜ਼ ਕਿਵੇਂ ਫਸ ਜਾਂਦੀਆਂ ਹਨ। ਸਿੱਧੂ ਨੇ ਲਗਾਤਾਰ ਆਪਣੇ ਲੋਕਾਂ ਦੀ ਵਕਾਲਤ ਕੀਤੀ, ਬਿਨਾਂ ਕਿਸੇ ਪੱਕੇ ਸਬੂਤ ਦੇ ਉਸਨੂੰ ਅੱਤਵਾਦੀ ਕਰਾਰ ਦਿੱਤਾ ਗਿਆ। ਅਫਸੋਸ ਦੀ ਗੱਲ ਹੈ ਕਿ ਸ਼ੁਭ ਦਾ ਵੀ ਅਜਿਹਾ ਹੀ ਹਾਲ ਹੋਇਆ ਹੈ। ਇੱਕ ਸਿੰਗਲ ਇੰਸਟਾਗ੍ਰਾਮ ਸਟੋਰੀ ਜੋ ਕਿ ਸਿਰਫ ਪਰਉਪਕਾਰੀ ਅਤੇ ਚੰਗੇ ਸੋਚ ਦੇ ਇਰਾਦੇ ਨਾਲ ਪੋਸਟ ਕੀਤੀ ਗਈ ਸੀ, ਉਸਨੇ ਅਚਾਨਕ ਰਾਸ਼ਟਰੀ ਦੁਸ਼ਮਣੀ ਦੀ ਇੱਕ ਧਾਰਾ ਨੂੰ ਭੜਕਾਇਆ ਹੈ। ਇਹ ਸਵਾਲ ਉਠਾਉਂਦਾ ਹੈ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਕਲਾਕਾਰਾਂ ਨੂੰ ਲਗਾਤਾਰ ਅਜਿਹੀ ਮੁਸੀਬਤ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ। ਕਦੇ ਅੱਤਿਆਚਾਰ ਸਹਿਣਾ ਪੈਂਦਾ ਤੇ ਕਦੇ ਚੁੱਪ ਹੋਣਾ। ਸੰਗੀਤ ਜਾਤ ਅਤੇ ਧਰਮ ਤੋਂ ਪਰੇ ਹੈ, ਇਸ ਨਫ਼ਰਤ ਕਾਰਨ ਅਸੀਂ ਸਿੱਧੂ ਨੂੰ ਗਵਾ ਦਿੱਤਾ ਹੈ, ਇਹ ਕਦੋਂ ਖਤਮ ਹੋਵੇਗਾ? ਆਪਣੇ ਭਾਈਚਾਰੇ ਦੀ ਵਕਾਲਤ ਕਰਨਾ ਅੱਤਵਾਦ ਦੇ ਬਰਾਬਰ ਕਿਵੇਂ ਹੋ ਸਕਦਾ ਹੈ? ਅਤੇ ਇਹ ਗੱਲ ਉਹਨਾਂ ਕਲਾਕਾਰਾਂ ਲਈ ਜੋ ਬੇਇਨਸਾਫੀ ਦੇ ਸਮੇਂ ਆਪਣੇ ਸਾਥੀਆਂ ਨਾਲ ਖੜ੍ਹੇ ਹੋਣ ਤੋਂ ਗਰੇਜ਼ ਕਰਦੇ ਹਨ। ਆਪਣੇ ਕੰਮਾਂ 'ਤੇ ਵਿਚਾਰ ਕਰੋ, ਇੱਕ ਰੀੜ੍ਹ ਦੀ ਹੱਡੀ ਵਧਾਓ। ਜਿੱਥੋਂ ਤੱਕ ਨਿਊਜ਼ ਚੈਨਲਾਂ ਦੀ ਗੱਲ ਹੈ, ਜੋ ਕਿ ਬਸ ਇੱਦਾਂ ਦੀਆਂ ਘਟਨਾਵਾਂ ਨੂੰ ਹਮੇਸ਼ਾ ਚਿੰਤਾਜਨਕ ਸਥਿਤੀ ਤੱਕ ਵਧਾ ਚੜ੍ਹਾ ਕੇ ਪੇਸ਼ ਕਰਦੀਆਂ ਹਨ, ਕੀ ਤੁਸੀਂ ਕਦੇ ਨੈਤਿਕ ਜਵਾਬਦੇਹੀ ਬਾਰੇ ਸੋਚਦੇ ਹੋ? ਅਸੀਂ ਆਪਣੇ ਰਾਸ਼ਟਰ ਭਾਰਤ ਲਈ ਡੂੰਘਾ ਪਿਆਰ ਰੱਖਦੇ ਹਾਂ, ਫਿਰ ਵੀ ਬਦਕਿਸਮਤੀ ਦੇ ਨਾਲ ਭਾਵਨਾਵਾਂ ਨੂੰ ਬਦਲਿਆ ਜਾਪਦਾ ਨਹੀਂ ਹੈ। ਅਗਲੀ ਸਟੋਰੀ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕ ਪੋਸਟ ਨੂੰ ਸ਼ੇਅਰ ਕੀਤਾ ਗਿਆ ਅਤੇ ਸ਼ੁਭ ਨੂੰ ਟੈਗ। ਸਿੱਧੂ ਮੂਸੇਵਾਲੇ ਦੀ ਉਸ ਪੋਸਟ ਦਾ ਕੈਪਸ਼ਨ ਸੀ ਕਿ ਰੁਤਬਾ ਤੋਂ ਯੂਹੀ ਬਰਕਰਾਰ ਰਹੇਗਾ, ਉਜਾੜਨੇ ਵਾਲੇ ਭਲੇ ਹੀ ਰਾਤ ਦਿਨ ਇੱਕ ਕਰਦੇ। ਅਤੇ ਏ ਪੀ ਢਿੱਲੋਂ ਨੇ ਵੀ ਸ਼ੁਭ ਵਾਲੇ ਮਸਲੇ ਤੋਂ ਬਾਅਦ ਲਿਖਿਆ ਕਿ ਮੈਂ ਸਾਰੇ ਸਮਾਜਿਕ ਮਨੁੱਖਾਂ ਤੋਂ ਬਾਹਰ ਰਹਿਣ ਦੀ ਕੋਸ਼ਿਸ਼ ਕਰਦਾ ਹਾਂ, ਕਿਉਂਕਿ ਇਹ ਮੇਰੇ ਲਈ ਸਪਸ਼ਟ ਹੈ ਕਿ ਜੋ ਵੀ ਮੈਂ ਕਹਿੰਦਾ ਹਾਂ ਜਾਂ ਕਰਦਾ ਹਾਂ ਇਹ ਇੱਕ ਗਵਾਚਿਆ ਕਾਰਨ ਹੈ। ਕੋਈ ਕਿਤੇ ਆਪਣੀ ਮਰਜ਼ੀ ਨਾਲ ਮੇਰੀ ਗੱਲ ਨੂੰ ਘੁਮਾਉਂਦਾ ਹੈ ਅਤੇ ਹੋਰ ਵੰਡ ਪੈਦਾ ਕਰਦਾ ਹੈ। ਇੱਕ ਕਲਾਕਾਰ ਦੇ ਤੌਰ 'ਤੇ ਆਪਣੇ ਕੰਮ 'ਤੇ ਫੋਕਸ ਰਹਿਣਾ ਅਤੇ ਉਹ ਕਰਨਾ ਜੋ ਅਸੀਂ ਪਿਆਰ ਕਰਦੇ ਹਾਂ ਬਿਲਕੁਲ ਮੁਸ਼ਕਿਲ ਹੋ ਗਿਆ ਹੈ। ਮੈਂ ਹਰ ਕਿਸੇ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਇਹ ਸਾਰਾ ਕੁਝ ਇਸ ਪੁਆਇੰਟ ਤੱਕ ਪਹੁੰਚ ਗਿਆ ਹੈ ਕਿ ਜਿੱਥੇ ਸਾਨੂੰ ਕੁਝ ਵੀ ਕਰਨ ਤੋਂ ਪਹਿਲਾਂ ਦੂਜੀ ਤੀਜੀ ਵਾਰ ਸੋਚਣਾ ਪੈਂਦਾ ਹੈ ਕਿ ਕਿਤੇ ਇਸ ਗੱਲ ਨੂੰ ਸਾਡੇ ਵਿੱਚ ਡਿਫਰੈਂਸ ਪੈਦਾ ਕਰਨ ਲਈ ਨਾ ਵਰਤਿਆ ਜਾਵੇ। ਵਿਸ਼ੇਸ਼ ਹਿੱਤ ਅਤੇ ਪੋਲੀਟੀਕਲ ਗਰੁੱਪਸ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਸਾਡੇ ਵਰਗੇ ਕਲਾਕਾਰਾਂ ਨੂੰ ਚੈੱਸ ਦੇ ਪੀਸ ਵਜੋਂ ਨਿਰੰਤਰ ਵਰਤਦੇ ਹਨ, ਜਦੋਂ ਕਿ ਸਿਰਫ ਅਸੀਂ ਅਜਿਹੀ ਆਰਟ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਲੋਕਾਂ ਦੇ ਰੰਗ, ਨਸਲ, ਧਰਮ, ਕੌਮੀਅਤ, ਲਿੰਗ ਆਦਿ ਦੀ ਪ੍ਰਵਾਹ ਕੀਤੇ ਬਿਨਾਂ ਵਿਅਕਤੀਗਤ ਪੱਧਰ 'ਤੇ ਮਦਦ ਕਰਦਾ ਹੈ। ਨਫ਼ਰਤ ਨਹੀਂ ਪਿਆਰ ਫੈਲਾਓ, ਆਓ ਆਪਣੇ ਲਈ ਸੋਚਣਾ ਸ਼ੁਰੂ ਕਰੀਏ ਅਤੇ ਨਫ਼ਰਤ ਭਰੇ ਪ੍ਰਭਾਵਾਂ ਨੂੰ ਸਾਡੇ ਵਿਸ਼ਵਾਸਾਂ ਨੂੰ ਪ੍ਰੋਗਰਾਮ ਨਾ ਹੋਣ ਦਈਏ। ਅਸੀਂ ਸਾਰੇ ਇੱਕਾਂ ਮਨੁੱਖਾਂ ਦੁਆਰਾ ਬਣਾਈ ਗਈ ਸਮਾਜਿਕ ਰਚਨਾ ਨੂੰ ਕਾਮਯਾਬ ਨਾ ਹੋਣ ਦਈਏ ਸਾਨੂੰ ਵੰਡਣ ਦੇਵੇ। ਡਿਵੀਜ਼ਨ ਨੇ ਸਾਨੂੰ ਇੱਕ ਮੁਕਾਮ ਤੱਕ ਪਹੁੰਚਾਇਆ ਹੈ, ਪਰ ਏਕਤਾ ਹੀ ਭਵਿੱਖ ਦੀ ਕੁੰਜੀ ਹੈ।